ਦੇਖਿਆ ਜਾ ਸਕਦਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਵੇਲੇ 5 ਦਿਨਾਂ ਦੀ ਰਿਮਾਂਡ 'ਤੇ ਨੇ। 2 ਅਗਸਤ ਨੂੰ ਉਹਨਾਂ ਨੂੰ ਜਲੰਧਰ ਦੀ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਦੇ ਮਗਰੋਂ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ 5 ਦਿਨਾਂ ਦੀ ਰਿਮਾਂਡ 'ਤੇ ਰਹਿਣਗੇ ਅਤੇ 7 ਅਗਸਤ ਨੂੰ ਹੁਣ ਇਹ ਰਿਮਾਂਡ ਜਿਹੜੀ ਹੈ ਖਤਮ ਹੋਵੇਗੀ ਅਤੇ 7 ਅਗਸਤ ਨੂੰ ਕੀ ਕੁਝ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਮੁੜ ਤੋਂ ਕੀਤਾ ਜਾਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਅਦਾਲਤ ਦੇ ਵੱਲੋਂ ਰਿਮਾਂਡ ਦੇ ਵਿੱਚ ਵਾਧਾ ਕੀਤਾ ਜਾਏਗਾ ਜਾਂ ਫਿਰ ED ਦੀ ਜਾਂਚ ਪੂਰੀ ਹੋਣ ਦੇ ਮਗਰੋਂ ਕੋਈ ਫੈਸਲਾ ਜਿਹੜਾ ਦਿੱਤਾ ਜਾਵੇਗਾ। ਤਾਂ ਲਗਾਤਾਰ ਹੀ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਵੀ ਚਰਚਾਵਾਂ ਕਾਫੀ ਜ਼ਿਆਦਾ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਹਿਲਾਂ ਵੀ ਦੇਖਿਆ ਜਾ ਸਕਦਾ ਸੀ ਜੇਲ੍ਹ ਗਏ ਸੀ, ਜਿਸ ਦੇ ਮਗਰੋਂ ਜਿਸ ਵੇਲੇ ਬਾਹਰ ਆਏ ਸੀ ਉਸ ਵੇਲੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਾਂਚ ਏਜੰਸੀ ਦੇ ਹੱਥ ਕੁਝ ਵੀ ਨਹੀਂ ਲੱਗਿਆ, ਜਿਸ ਕਾਰਨ ਹੁਣ ਉਹ ਬਾਹਰ ਆ ਚੁੱਕੇ ਨੇ। ਪਰ ਹੁਣ ਦੇਖਿਆ ਜਾ ਸਕਦਾ ਕਿ ED ਨੂੰ ਕੁਝ ਵਿਦੇਸ਼ੀ ਟ੍ਰਾਂਜੈਕਸ਼ਨ ਜਿਹੜੇ ਨੇ ਮਿਲੇ, ਜਿਸ ਦੇ ਮਗਰੋਂ ਹੀ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਤਾਂ ਦੇਖ ਸਕਦੇ ਹਾਂ ਕਿ 5 ਦਿਨਾਂ ਦੀ ਰਿਮਾਂਡ 'ਤੇ ਨੇ। ਜਲੰਧਰ ਦੇ ਵਿੱਚ ਸਮਨ ਜਿਹੜੇ ਨੇ ED ਦੇ ਵੱਲੋਂ ਭੇਜੇ ਗਏ ਸੀ, ਜਿਸ ਦੇ ਮਗਰੋਂ ਜਲੰਧਰ ED ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਗਏ ਸੀ। ਸਵਾਲਾਂ ਜਵਾਬਾਂ ਦੇ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਤਾਂ ਹੁਣ 7 ਅਗਸਤ ਨੂੰ ਇਹ ਰਿਮਾਂਡ ਜਿਹੜੀ ਹੈ ਖਤਮ ਹੋਏਗੀ, ਕੀ ਕੁਝ ਫੈਸਲਾ ਆਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਪਰ ਦੇਖਿਆ ਜਾ ਸਕਦਾ ਸੀ ਕਿ ਜਿਸ ਵੇਲੇ ਪਹਿਲਾਂ ਵੀ ਇਹ ਮਾਮਲਾ ਸ਼ੁਰੂ ਹੋਇਆ ਉਸ ਵੇਲੇ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ਼, ਕਾਫੀ ਜ਼ਿਆਦਾ ਜੋਸ਼ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਕਿ ਆਖਰ ਉਹਨਾਂ ਦੇ ਆਗੂ ਨੂੰ ਕਿਸ ਤਰੀਕੇ ਦੇ ਨਾਲ ਗ੍ਰਿਫਤਾਰ ਕਰ ਲਿੱਤਾ ਗਿਆ। ਪਰ ਹੁਣ ਦੀ ਜੇਕਰ ਗੱਲ ਕੀਤੀ ਜਾਏ ਤਾਂ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਜਿਹੜੇ ਕਾਂਗਰਸੀ ਨੇ, ਇਸ ਦੇ ਨਾਲ ਹੀ ਜਿਹੜੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਉਹ ਜੋਸ਼ ਜਿਹੜਾ ਇਸ ਵਾਰ ਦੇਖਣ ਨੂੰ ਨਹੀਂ ਮਿਲ ਰਿਹਾ। ਤਾਂ ਦੱਸ ਦਈਏ ਕਿ ਜਿਸ ਵੇਲੇ ਸਾਬਕਾ ਮੰਤਰੀ ਵੀ ਜੇਲ੍ਹ ਤੋਂ ਬਾਹਰ ਆਏ ਸੀ ਉਸ ਵੇਲੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਾਂਚ ਏਜੰਸੀ ਦੇ ਹੱਥ ਕੁਝ ਵੀ ਨਹੀਂ ਲੱਗਿਆ। ਪਰ ਦੂਜੇ ਪਾਸੇ ED ਦਾ ਕਹਿਣਾ ਹੈ ਕਿ ਵਿਦੇਸ਼ੀ ਟ੍ਰਾਂਜੈਕਸ਼ਨ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਤਾਂ ਸ਼ਹਿਰ ਦੇ ਵਿੱਚ ਇਸ ਵੇਲੇ ਚਰਚਾ ਹੋ ਰਹੀ ਹੈ ਕਿ ਆਖਰ ਇਹ ਪੂਰਾ ਮਾਮਲਾ ਕੀ ਹੈ। ਅਤੇ ਦੇਖਿਆ ਜਾ ਸਕਦਾ ਕਿ ਜਿਹੜੇ ਸਾਬਕਾ ਮੰਤਰੀ ਦੇ ਸਮਰਥਕ ਨੇ, ਇਸ ਦੇ ਨਾਲ ਹੀ ਕਾਂਗਰਸੀ ਨੇ ਉਹਨਾਂ ਦੇ ਵਿੱਚ ਵੀ ਕਿੱਥੇ ਜੋਸ਼ ਜਿਹੜਾ ਕਾਫੀ ਜ਼ਿਆਦਾ ਘਟਦਾ ਹੋਇਆ ਨਜ਼ਰ ਆ ਰਿਹਾ, ਜਿਸ ਦੇ ਮਗਰੋਂ ਚਰਚਾਵਾਂ ਜਿਹੜੀਆਂ ਨੇ ਸ਼ੁਰੂ ਹੋ ਗਈਆਂ ਨੇ ਕਿ ਕਾਂਗਰਸ ਇਸ ਘਟੇ ਹੋਏ ਜੋਸ਼ ਦਾ ਆਖਰ ਕਾਰਨ ਕੀ ਹੈ, ਕਿ ਕਾਂਗਰਸ ਦੇ ਵਿੱਚ ਇਸ ਵੇਲੇ ਆਪਸੀ ਮਤਭੇਦ ਚੱਲ ਰਹੇ ਨੇ ਜਾਂ ਫਿਰ ਇਸਦਾ ਕੋਈ ਹੋਰ ਕਾਰਨ ਹੈ। ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਕੁਝ ਸਮਰਥਕ ਜਿਹੜੇ ਨੇ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਮੈਂ ਵੀ ਆਸ਼ੂ ਟ੍ਰੈਂਡ ਵੀ ਜਿਹੜਾ ਉਹ ਵੀ ਚਲਾਇਆ ਜਾ ਰਿਹਾ, ਜਿਸ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਤਾਂ ਕੁੱਲ ਮਿਲਾ ਕੇ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਫਿਲਹਾਲ ਦੇ ਲਈ ਰਿਮਾਂਡ ਦੇ ਉੱਪਰ ਦੇਖੇ ਜਾ ਸਕਦੇ ਨੇ। ਰਿਮਾਂਡ ਦੇ ਮਗਰੋਂ ਅਦਾਲਤ ਦਾ ਕੀ ਕੁਝ ਫੈਸਲਾ ਆਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਰਿਮਾਂਡ ਦੇ ਵਿੱਚ ਵਾਧਾ ਹੋਵੇਗਾ ਜਾਂ ਫਿਰ ਅਦਾਲਤ ਦੇ ਵੱਲੋਂ 7 ਅਗਸਤ ਨੂੰ ਆਪਣਾ ਫੈਸਲਾ ਸੁਣਾਇਆ ਜਾਏਗਾ ਇਹ ਦੇਖਣਾ ਹੋਵੇਗਾ। ਦੇਖਿਆ